ਪਹਿਲਾਂ ਮੈਨੂੰ ਬਹੂ ਬੜੀ ਜਲੀ ਦਿੱਤੀ ਆ ਆ ਪੋਚਾ ਲਾਉਂਦੀ ਦੇਖ ਲਓ ਕਿਵੇਂ ਲਾ ਕੇ ਗਈ ਆ ਮਿੰਟਾਂ ਦੇ ਕੰਮ ਨੂੰ ਘੰਟਾ ਘੰਟਾ ਲਾ ਦਿੰਦੀ ਆ ਜੇ ਕਿਤੇ ਇਹਨੂੰ ਬਹਿ ਕੇ ਪੋਚਾ ਲਾਉਣਾ ਪਵੇ ਨਾ ਫਿਰ ਤਾਂ ਇਹ ਸਵੇਰ ਤੋਂ ਲੈ ਕੇ ਰਾਤ ਹੀ ਪਾ ਦੇਵੇ ਕੀ ਹੋ ਗਿਆ ਤੈਨੂੰ ਆਏ ਬੈਠੀ ਆ ਤੂੰ ਇੱਥੇ ਕੀ ਹੋ ਗਿਆ ਪਤਾ ਨਹੀਂ ਕੀ ਹੋਇਆ ਘਬਰਾਹਟ ਜੀ ਹੋ ਜਾਂਦੀ ਚੱਕਰ ਜੇ ਆਈ ਜਾਂਦੇ ਨੇ ਸਰੀਰ ਨਾ ਜਿਵੇਂ ਬੇਜਾਨ ਜਿਹਾ ਹੋ ਗਿਆ ਇਦਾਂ ਹੋ ਗਿਆ ਚੱਲ ਜਾ ਕੇ ਫਿਰ ਉਧਰ ਪੈ ਅੰਦਰ ਚੱਲ ਓ ਮਾਈ ਗੋਡ ਕੀ ਹੋਇਆ ਡਾਕਟਰ ਸਾਹਿਬ ਬੀਪੀ ਇੰਨਾ ਲੋ ਪਿਛਲੀ ਵਾਰ ਜੇ ਤੁਸੀਂ ਬੁਲਾਇਆ ਸੀ ਤਾਂ ਇੰਨਾ ਜ਼ਿਆਦਾ ਹਾਈ ਸੀ ਇਹ ਫਲਕਚੁਏਟ ਕਿਉਂ ਕਰ ਰਿਹਾ ਤਾਂ ਚਲੋ ਹੁਣ ਤਾਂ ਟਾਈਮ ਤੇ ਚੈੱਕ ਹੋ ਗਿਆ ਠੀਕ ਹੈ ਹੁਣ ਤਾਂ ਬਚਾ ਲੂ ਮੈਂ ਪਰ ਅੱਗੇ ਤੋਂ ਧਿਆਨ ਬਹੁਤ ਰੱਖਣਾ ਪੈਣਾ ਡਾਕਟਰ ਸਾਹਿਬ ਇਹਦਾ ਕੁਝ ਨਹੀਂ ਪਤਾ ਲੱਗਦਾ ਹੈਗਾ ਕਦੇ ਬੀਪੀ ਹਾਈ ਕਰ ਦਿੰਦੀ ਆ ਕਦੇ ਲੋ ਕਰ ਦਿੰਦੀ ਆ ਐਂ ਡਿੱਗ ਪੈਂਦੀ ਆ ਅਸੀਂ ਹੁਣ ਇਹਦਾ ਕੀ ਧਿਆਨ ਰੱਖੀਏ ਦੱਸੋ ਹੁਣ ਇਲਾਜ ਤਾਂ ਤੁਸੀਂ ਹੀ ਕਰਨਾ ਜੋ ਸਾਨੂੰ ਕਰਨ ਲਈ ਕਹੋਗੇ ਅਸੀਂ ਉਹ ਕਰ ਦਾਂਗੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਘਰੇ ਬੀਪੀ ਅਪਰੇਟਸ ਲਿਆ ਕੇ ਰੱਖੋ ਠੀਕ ਹੈ ਬੀਪੀ ਵੱਧਦਾ ਜਾਂ ਘਟਦਾ ਟਾਈਮ ਟਾਈਮ ਤੇ ਚੈੱਕ ਕਰਦੇ ਰਹੋ ਮੈਂ ਬੀਪੀ ਵਧਣ ਦੀ ਤੇ ਘਟਣ ਦੀ ਦੋਨੋਂ ਦਵਾਈਆਂ ਲਿਖ ਕੇ ਦੇ ਦਿੰਨੀ ਆ ਜਦੋਂ ਕੋਈ ਪ੍ਰੋਬਲਮ ਆਵੇ ਚੈੱਕ ਕਰਕੇ ਜੇ ਘਟਿਆ ਤਾਂ ਉਹ ਦਵਾਈ ਦੇ ਦੇਣੀ ਆ ਜੇ ਵਧਿਆ ਹੋਇਆ ਤਾਂ ਦੂਜੀ ਦਵਾਈ ਦੇ ਦੇਣੀ ਆ ਇਹਦਾ ਧਿਆਨ ਤੁਸੀਂ ਆਪ ਰੱਖਣਾ ਹੈ ਦਵਾਈਆਂ ਤੋਂ ਇਲਾਵਾ ਇੱਕ ਟੋਟਕਾ ਵੀ ਹੈਗਾ ਬੀਪੀ ਦਾ ਡਾਕਟਰ ਸਾਹਿਬ ਉਹ ਕਿਹੜਾ ਧਿਆਨ ਨਾਲ ਜਰਾ ਸੁਣੋ ਕੰਮ ਕਰੂਗਾ ਡਾਕਟਰ ਸਾਹਿਬ ਇਹ ਟੋਟਕਾ ਹਾਂ 100% ਕੰਮ ਕਰੂਗਾ ਤੁਸੀਂ ਆਪ ਹੀ ਦੇਖ ਲਿਓ ਉਹ ਤਾਂ ਕਿਹੜਾ ਟੋਟਕਾ ਦੱਸਿਆ ਡਾਕਟਰ ਸਾਹਿਬ ਨੇ ਉਹ ਟੋਟਕਾ ਨਹੀਂ ਬੇਬੇ ਮੰਤਰ ਹੈ ਕੰਨ 'ਚ ਦੱਸਿਆ ਮੰਤਰ ਪੜ੍ਹਨਾ ਪੈਣਾ ਤੇਰੇ ਕਿੱਥੋਂ ਯਾਦ ਹੋ ਜਾਊਗਾ ਤੂੰ ਐਵੇਂ ਟੈਨਸ਼ਨ ਨਾ ਲੈ ਤੂੰ ਹੁਣ ਦੇਖ ਲਿਆ ਹੁਣ ਕੀ ਹੋ ਗਿਆ ਤੈਨੂੰ ਆਇਆ ਜੀ ਫਿਰ ਮੈਨੂੰ ਬਹੁਤ ਚੱਕਰ ਆਉਂਦੇ ਪਏ ਆ ਬੀਬੀ ਤੈਂ ਤਾਂ ਲੋ ਹੋਇਆ ਪਿਆ ਬੇਬੇ ਨਾ ਇਹਨੂੰ ਕੀ ਹੁਣ ਸੱਪ ਸੁੱਕ ਗਿਆ ਜਦੋਂ ਦੇਖੋ ਉਦੋਂ ਹੀ ਪੈ ਜਾਂਦੀ ਆ ਉਹ ਬੇਬੇ ਅੱਜ ਤਾਂ ਇਹਦਾ ਬੀਪੀ ਬਹੁਤ ਲੋ ਹੋ ਗਿਆ ਲੋ ਹੋ ਗਿਆ ਕਦੇ ਹਾਈ ਹੋ ਗਿਆ ਕਦੇ ਲੋ ਹੋ ਗਿਆ ਬਸ ਸਾਰਾ ਦਿਨ ਇਹੀ ਨਹੀਂ ਪੈਦਾ ਸਮਝਦਾ ਹੈਗਾ ਉਹ ਮੰਮੀ ਤੁਸੀਂ ਤਾਂ ਨਾ ਬੋਲੋ ਤੁਸੀਂ ਕਦੇ ਬੋਲੀ ਜਾਂਦੇ ਮੈਂ ਹੁਣ ਕਿਹੜਾ ਜਾਣ ਕੇ ਕਰਦੀ ਆ ਇਹ ਆਹੋ ਲੀੜੇ ਧੋਣ ਵਾਲੇ ਪਏ ਆ ਸਬਜ਼ੀ ਬਣਾਉਣ ਲਈ ਪਈ ਆ ਪਤਾ ਨਹੀਂ ਕੀ ਕੰਮ ਪਿਆ ਆ ਤੇ ਮੈਂ ਕਹਾ ਡਰਦੀ ਆ ਕੰਮ ਤੋਂ ਦੱਸੋ ਤੁਸੀਂ ਹੁਣ ਮੈਨੂੰ ਪਤਾ ਹੁੰਦਾ ਵੀ ਕਦੋਂ ਮੇਰਾ ਬੀਪੀ ਲੋ ਹੋ ਜਾਣਾ ਕਦੋਂ ਹਾਈ ਹੋ ਜਾਣਾ ਆ ਖੇਖਣ ਕਰਦੀ ਆ ਤੂੰ ਕੰਮ ਤੋਂ ਡਰਦੀ ਮਾਰੀ ਬੇਬੇ ਤੂੰ ਬਿਲਕੁਲ ਸਹੀ ਕਹਿਣੀ ਆ ਇਹ ਕੰਮ ਤੋਂ ਟਲਦੀ ਮਾਰੀ ਖੇਗਰੀ ਕਰਦੀ ਆ ਇਹ ਨਾ ਇਦਾਂ ਬੋਲਣ ਲੱਗੇ ਹੋਏ ਜਿਵੇਂ ਸਾਰਾ ਕੰਮ ਆਪ ਕਰਦੇ ਹੁੰਦੇ ਆ ਅੱਗੇ ਵੀ ਤਾਂ ਮੈਂ ਹੀ ਕਰਦੇ ਆ ਤਾਂ ਤੁਸੀਂ ਆ ਕੰਬਲ 'ਚ 24 ਘੰਟੇ ਬੜੇ ਰਹਿੰਦੇ ਆ ਚਾਹੇ ਬਿਮਾਰ ਹੋਵਾਂ ਠਮਾਰ ਹੋਵਾਂ ਠੀਕ ਹੋਵਾਂ ਚਾਹੇ ਜੋ ਮਰਜ਼ੀ ਹੋਵਾਂ ਆ ਮੈਨੂੰ ਸਾਰਾ ਦਿਨ ਚੁੱਲ੍ਹੇ ਚੌਂਕੇ ਆ ਭਾਂਡੇ ਮੈਂ ਕਹਿੰਦੀ ਆ ਕੱਪੜੇ ਸਾਰੇ ਕਿਤੇ ਬਾੜੀ ਰੱਖਦੇ ਆ ਤੁਸੀਂ ਨਾ ਤੂੰ ਇਹ ਕੰਮ ਕਰਨਾ ਤੂੰ ਇਹਸਾਨ ਕਰਦੀ ਹੁਣ ਇਸ ਉਮਰ 'ਚ ਮੇਰੀ ਬੇਬੇ ਕਰੂਗੀ ਸਾਰੇ ਕੰਮ ਬੇਬੇ ਕਰਦੇ ਰਹੀ ਹੁਣ ਤਾਂ ਮੈਂ ਕਰਦੀ ਨਹੀਂ ਮੇਰੇ ਜਾਨ ਨਿਕਲ ਗਿਆ ਜੇ ਮੜਾ ਜਿਹਾ ਕੰਮ ਕਰਨਾ ਮੈਨੂੰ ਪਤਾ ਮੈਂ ਨਹੀਂ ਕਰਨਾ ਜੇ ਮਾੜਾ ਮੋਟਾ ਬੰਦਾ ਕਮਾਲ ਟਮਾਲ ਹੋ ਗਿਆ ਬਿਮਾਰ ਹੋ ਗਿਆ ਤੁਹਾਨੂੰ ਵੀ ਪਤਾ ਨਹੀਂ ਕੀ ਹੋ ਗਿਆ ਦੋਨੋਂ ਜਾਣਿਆਂ ਨੂੰ ਅੱਲਾ ਤੂੰ ਮੈਂ ਨਹੀਂ ਚੈੱਕ ਕਰਨਾ ਹੈਗਾ ਉਹਦਾ ਬੀਪੀ ਬੋਪੀ ਮੈਂ ਸਹੀ ਆ ਬਿਲਕੁਲ ਬਿਆ ਪੜਾ ਬੀਪੀ ਤਾਂ ਬਹੁਤ ਜ਼ਿਆਦਾ ਹਾਈ ਹੋ ਗਿਆ ਇਹਦਾ ਹਾਈ ਹੋ ਗਿਆ ਲੋ ਹੋ ਗਿਆ ਬਸ ਮੈਨੂੰ ਨਹੀਂ ਪਤਾ ਬੋਲਦੀ ਆ ਬੜਬੜ ਕਰੀ ਜਾਂਦੀ ਆ ਬੀਪੀ ਬਦਲ ਰਹੀ ਆ ਰੱਖਾ ਦਿੰਦੀ ਆ ਤਾਂ ਹੀ ਬੋਲ ਰਹੀ ਤੇ ਮੈਨੂੰ ਕੀ ਲੋੜ ਆ ਬੋਲਣ ਦੀ ਅਬ ਤੈਨੂੰ ਬੀਪੀ ਵਧਣ ਦੀ ਦਵਾਈ ਦੇ ਦੇ ਹੁਣ ਉਹ ਮੰਤਰ ਮਾਰ ਲੈਣ ਦੇ ਮੈਨੂੰ ਜੋ ਡਾਕਟਰ ਸਾਹਿਬ ਨੇ ਕਿਹਾ ਸੀ ਪਤਾ ਨਹੀਂ ਕਿਹੜੇ ਮੰਤਰਾਂ ਦੇ ਮਦਰ ਪਏ ਹੋਏ ਆ ਪੜ ਲੈ ਸਕੇ ਆ ਮੰਮੀ ਆ ਗਈ ਚਾਹੇ ਹੁਣ ਤੁਹਾਨੂੰ ਮੇਰਾ ਬੀਪੀ ਵਧਾ ਕੇ ਮੈਂ ਤਾਂ ਤੂੰ ਨਾ ਬੜਬੜ ਕਰਨ ਨੂੰ ਹਟੀ ਤੇ ਸ਼ੁਰੂਆਤ ਕਿਵੇਂ ਕੀਤੀ ਸੀ ਆ ਤੁਸੀਂ ਮੈਨੂੰ ਮੌਕਾ ਦਿੰਦੇ ਹੋ ਬੋਲਣ ਦਾ ਤਾਂ ਹੀ ਮੈਂ ਬੋਲਦੀ ਆ ਅਲਾ ਕਰੋ ਤੇਰੀ ਹੁਣ ਵੀ ਨਹੀਂ ਅੰਦਰ ਵੜਦੀ ਹੈਗੀ ਤੁਸੀਂ ਨੂੰ ਅੰਦਰ ਵੜਨ ਦੋਗੇ ਨਾ ਤਾਂ ਹੀ ਵੜੂਗੀ ਹਾਂ ਸਾਰਾ ਆਪਦੀ ਬਿਮਾਰੀ ਦਾ ਭਾਂਡਾ ਨਾ ਮੇਰੇ ਸਿਰ ਪਾ ਦੇ ਪੀਏ ਕੀ ਹੋਇਆ ਤੈਨੂੰ ਮੰਮੀ ਤੁਸੀਂ ਕੀ ਹਾਲ ਹੈ ਤੇਰਾ ਮੈਂ ਠੀਕ ਆ ਤੁਸੀਂ ਕਿਦਾਂ ਦੇਖੀ ਹਾਲਤ ਬਣਾ ਰੱਖੀ ਕੀ ਹੋਇਆ ਤੈਨੂੰ ਮੈਂ ਤਾਂ ਬਿਲਕੁਲ ਠੀਕ ਆ ਦੇਖੋ ਮੈਂ ਤਾਂ ਤੁਹਾਡੇ ਸਾਹਮਣੇ ਬੈਠੀ ਆ ਸ਼ੁਕਰ ਆ ਪੀਏ ਜੇ ਤੂੰ ਠੀਕ ਆ ਸੁਣ ਕੇ ਤਾਂ ਮੇਰੇ ਮਨ ਨੂੰ ਠੰਡ ਪੈ ਗਈ ਆ ਤੇਰਾ ਬੀਪੀ ਹਾਈ ਕਿਵੇਂ ਹੋ ਗਿਆ ਮੈਨੂੰ ਪ੍ਰਾਹੁਣੇ ਨੇ ਫੋਨ ਕੀਤਾ ਤਾਂ ਬੀਪੀ ਹਾਈ ਹੋ ਗਿਆ ਮੈਂ ਤਾਂ ਨੱਠੀ ਆਈ ਤੈਨੂੰ ਦੇਖਣ ਲਈ ਹਾਈ ਆ ਮੰਮੀ ਵੀ ਤੇ ਨਾੜਾ ਜੀ ਆ ਤਾਂ ਠੀਕ ਹੋ ਗਈਆਂ ਹੁਣ ਹਾਂਜੀ ਠੀਕ ਆ ਕਿੱਦਾਂ ਕਿੱਦਾਂ ਸੇ ਸਤਿ ਸ਼੍ਰੀ ਅਕਾਲ ਮੰਮੀ ਜੀ ਆਪਣਾ ਜੇ ਹੋਏ ਮੰਡਾ ਜੀ ਉਹਨੂੰ ਬੀਪੀ ਚੈੱਕ ਕਰ ਦੋ ਤੁਸੀਂ ਮੰਮੀ ਨੂੰ ਕਾਹਤੇ ਫੋਨ ਕੀਤਾ ਦੱਸੋ ਓਹੋ ਵੈਸੇ ਕਰ ਲਿਆ ਕਿਉਂ ਕਰ ਨਹੀਂ ਸਕਦੇ ਹੁਣ ਤੇਰੀ ਮੰਮੀ ਤੇ ਮੇਰੀ ਮੰਮੀ ਚ ਕੋਈ ਫਰਕ ਪੈ ਗਿਆ ਦੱਸ ਇਹ ਤੂੰ ਹੀ ਆ ਜਿਹੜੇ ਅਨਕਿਕੀ ਦਾ ਬੇਬੇ ਦੇ ਮਗਰ ਪਈ ਰਹਿਣੀ ਆ ਮੈਂ ਤਾਂ ਇਹਨੂੰ ਮਾਂ ਵਾਂਗੂ ਸਮਝਦਾ ਐਵੇਂ ਨਾ ਤੁਸੀਂ ਸਾਨੂੰ ਨੌ ਸੱਸ ਨੂੰ ਬਦਨਾਮ ਕਰੋ ਆਪਣਾ ਤਾਂ ਮੰਮੀ ਕਿੰਨਾ ਪਿਆਰ ਹੈ ਇੱਕ ਦੂਜੇ ਨਾਲ ਹਨਾ ਹਾਂ ਧੀ ਇਹ ਆਪਣਾ ਤਾਂ ਦੋਨਾਂ ਦਾ ਬਹੁਤ ਪਿਆਰ ਆ ਅਸਲੀ ਤਾਂ ਤੂੰ ਹੀ ਆ ਮੇਰੀ ਧੀ ਜਿਹਨੇ ਮੇਰੇ ਕੋਲ ਸਾਰਾ ਦਿਨ ਰਹਿਣਾ ਆ ਲੈ ਬੇਬੇ
ਇਹਦਾ ਬੀਪੀ 120 80 ਬਿਲਕੁਲ ਨਾਰਮਲ ਹੋ ਗਿਆ ਉਹ ਵੀ ਬਿਨਾਂ ਦਵਾਈ ਤੋਂ ਆਪਣੇ ਟੋਟਕੇ ਦੇ ਨਾਲ। ਪਿਆਰੇ ਦਰਸ਼ਕੋ ਸਾਡੀ ਇਹ ਫਿਲਮ ਅਸੀਂ ਇੱਕ ਸਿਰਫ ਮਨੋਰੰਜਨ ਦੇ ਲਈ ਬਣਾਈ ਹੈ। ਤੁਸੀਂ ਇਹ ਟੋਟਕੇ ਜਮਾਉਣ ਦੇ ਚੱਕਰ ਦੇ ਵਿੱਚ ਬਿਮਾਰੀ ਨੂੰ ਵਧਾ ਨਾ ਲਿਓ ਕਿਤੇ। ਇਹ ਨਾ ਹੋਵੇ ਕਿਤੇ ਜੇ ਬੀਪੀ ਲੋਅ ਹੈ ਤਾਂ ਸੱਸ ਮੂਹਰੇ ਕਰ ਦਿੱਤੀ, ਜੇ ਬੀਪੀ ਹਾਈ ਹੋ ਗਿਆ ਨੋਰਮਲ ਕਰਨ ਲਈ ਮਾਂ ਲਿਆ ਕੇ ਖੜਾ ਦਿੱਤੀ। ਇਹ ਸਿਰਫ ਪਰਪਸ ਮਨੋਰੰਜਨ ਦਾ ਹੈ। ਤੁਸੀਂ ਡਾਕਟਰ ਦੀ ਦਵਾਈ ਉਹਦੀ ਰਾਏ ਮੁਤਾਬਕ ਜ਼ਰੂਰ ਲੈਂਦੇ ਰਹੇ ਹੋ। ਹਾਂ, ਜੇ ਤੁਹਾਡੇ ਘਰ ਵਿੱਚ ਵੀ ਕਿਸੇ ਦਾ ਬੀਪੀ ਹਾਈ ਜਾਂ ਲੋਅ ਰਹਿੰਦਾ ਤਾਂ ਇਸ ਪਿਕਚਰ ਨੂੰ ਜ਼ਰੂਰ ਸ਼ੇਅਰ ਕਰਿਓ। ਹਾਂ, ਉਹੀ ਕਿਉਂ ਸਿਰਫ, ਇਹ ਸਾਰੇ ਸ਼ੇਅਰ ਕਰਨਗੇ, ਬਹੁਤ ਕੰਮ ਦੀ ਚੀਜ਼ ਹੈ।